ਬਿਲਕਫੈਡ ਗੁਰਦਾਸਪੁਰ ਦੇ ਚੇਅਰਮੈਨ ਤੇ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਅਮਰਜੋਤ ਸਿੰਘ ਬੱਬੇਹਾਲੀ ਤੇ ਅੱਜ ਉਹਨਾਂ ਦੇ ਹੀ ਪਿੰਡ ਵਿੱਚ ਜਾਨਲੇਵਾ ਹਮਲਾ ਕੀਤਾ ਗਿਆ। ਪਿੰਡ ਬੱਬੇਹਾਲੀ ਵਿੱਚ ਕਿਰਚਾਂ ਤੇ ਗੋਲੀਆਂ ਨਾਲ ਹੋਏ ਹਮਲੇ ਵਿੱਚ ਅਮਰਜੋਤ ਸਿੰਘ ਸਮੇਤ 3 ਨੌਜਵਾਨ ਜ਼ਖਮੀ ਹੋ ਗਏ। ਹਾਲਤ ਗੰਭੀਰ ਹੋਣ ਕਾਰਨ ਗੁਰਦਾਸਪੁਰ ਸਿਵਲ ਹਸਪਤਾਲ ਵਿੱਚੋਂ 2 ਜ਼ਖਮੀਆਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਅਮਰਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਕਿਸੇ ਕੰਮ ਲਈ ਪਿੰਡੋਂ ਬਾਹਰ ਆਪਣੀ ਕਾਰ ਤੇ ਜਾ ਰਹੇ ਸਨ ਤਾਂ ਕਾਂਗਰਸ ਪਾਰਟੀ ਦੇ ਕੁਝ ਵਰਕਰਾਂ ਨੇ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ। ਅਸੀਂ ਜਾ ਰਹੇ ਸੀ ਪਿੰਡ ਤੋਂ ਲੰਘ ਰਹੇ ਸੀ, ਮੇਰਾ ਦੋਸਤ ਸੀ ਨਾਲ ਤੇ ਇੱਕ ਲੜਕਾ ਨਵਜੋਤ ਆ, ਉਹ ਕਹਿੰਦਾ ਕਿ ਤੁਹਾਨੂੰ MLA ਨੇ ਕਿਹਾ ਨਹੀਂ ਸੀ ਸਰ ਪਿੰਡ ਆ ਕੇ ਕਿ ਪਿੰਡ 'ਚ ਇੱਦਾਂ ਬੂਥ 'ਤੇ ਨਹੀਂ ਬਹਿਣਾ, ਵੋਟਾਂ ਨਹੀਂ ਕਹਿਣੀਆਂ, ਤੂੰ ਉਸ ਦਿਨ ਵੋਟਾਂ ਵੀ ਕਹੀਆਂ ਸੀ ਅਤੇ ਅੱਜ ਤੈਨੂੰ ਡੱਕ ਲੈਂਦੇ ਹਾਂ। ਮੈਂ ਗੱਡੀ 'ਚੋਂ ਬਾਹਰ ਨਿਕਲਿਆ ਅਤੇ ਉਹਨਾਂ ਨੇ ਖਿੱਚ ਮਾਰਤੀ। ਇੱਕ ਲੜਕਾ ਸੀ ਨਾਲ ਮੱਖਣ ਸਿੰਘ ਦਾ, ਉਹਨੇ ਫਾਇਰ ਕਰਤਾ ਅਤੇ ਇੱਕ ਲੜਕੇ ਦੇ ਪਿੱਛੋਂ ਖਿੱਚ ਮਾਰਤੀ ਉਹਨਾਂ ਨੇ। ਹਾਂ, ਉਹਨਾਂ ਨੇ ਮੱਖਣ ਸਿੰਘ ਦਾ ਜਿਹੜਾ SHO ਲਾਇਆ ਇੱਥੇ ਸਰਕਾਰ ਕਾਂਗਰਸ ਪਾਰਟੀ ਨੇ, ਉਹਦੇ ਛੋਟੇ ਲੜਕੇ ਨੇ ਗੋਲੀ ਚਲਾਈ ਅਤੇ ਉਹਦਾ ਭਤੀਜਾ ਵਾ ਉਹਨੇ ਖਿੱਚ ਮਾਰੀ। ਇੱਕ ਮਲੂਕ ਸਿੰਘ ਆ, ਉਹਦੇ ਬੇਟੇ ਨੇ ਵੀ ਉਹ ਦੂਜੇ ਮੁੰਡੇ 'ਤੇ ਖਿੱਚ ਮਾਰੀ। MLA ਦੀ ਸ਼ਹਿਰ ਸਾਰਾ ਕੁਛ ਹੋਇਆ, ਕਾਂਗਰਸ ਪਾਰਟੀ ਦੀ MLA ਦੀ ਸ਼ਹਿਰ 'ਤੇ ਉਹ ਸਾਡੇ ਪਿੰਡ ਬੋਲ ਕੇ ਗਿਆ ਕਿ ਮੈਂ ਤੁਹਾਡੇ ਪਿੰਡ ਮਤਲਬ ਕਿ ਜੇ ਕੋਈ ਕਿਸੇ ਨੇ ਵੋਟਾਂ ਨਾ ਪਾਈਆਂ ਤਾਂ ਉਹਨੂੰ ਅਸੀਂ ਫੜਾਂਗੇ। इस मामले विच पुलिस ने जानकारी दिंदिया दस्या कि पिंड विच किसे मसले नू लैके दोवां धिरां दा आपसी झगड़ा होया सी, जिस दौरान दोवें धिरां दे व्यक्ति जख्मी होए ने, पर इस लड़ाई दौरान कोई भी फायरिंग नहीं हुई। पुलिस ने कहा दोवां धिरां खिलाफ बनदी कारवाई कीती जावेगी। इत्थे पिंड बब्बेवाले विच अज पिंड दी पंचायत आ, दो पार्टियां वखरी पंचायत करना चाहुंदे सी, जिस विच अकाली पार्टी ते कांग्रेस पार्टी दा आपस विच झगड़ा हो गया। अकाली पार्टी वल्लों जिहड़े आउटसाइडर आए सी ਉਹਨਾਂ ਨੇ ਜਿਹੜੇ ਕਾ ਕੇ ਹਮਲਾ ਕੀਤਾ ਕਿ ਦੂਜੇ 'ਤੇ ਝਗੜਾ ਹੋਣ ਕਰਕੇ ਦੋਵਾਂ ਪਾਰਟੀਆਂ ਨੂੰ ਸੱਟਾਂ ਲੱਗੀਆਂ। ਨਹੀਂ ਨਹੀਂ ਕਿਸ ਤਰ੍ਹਾਂ ਦਾ ਕੋਈ ਵੀ ਫਾਇਰ ਨਹੀਂ ਹੋਇਆ, ਕੋਈ ਗੱਲ ਨਹੀਂ, ਅੱਜ ਫਾਇਰ ਵਾਲੀ ਕੋਈ ਗੱਲ ਨਹੀਂ। ਸਾਬਕਾ ਅਕਾਲੀ ਵਿਧਾਇਕ ਦਾ ਪੁੱਤਰ ਅਮਰਜੋਤ ਸਿੰਘ ਬੱਬੇਹਾਲੀ ਆਪਣੇ ਪਿੰਡ ਦਾ ਸਾਬਕਾ ਸਰਪੰਚ ਵੀ ਰਹਿ ਚੁੱਕਿਆ।